ਸਭ ਦਾ ਸਵਾਗਤ ਹੈ ਜੀ। ਦੋਸਤੋ, ਦਸੰਬਰ ਮਹੀਨੇ ਦੌਰਾਨ ਕੁਛ ਬਦਲਾਅ ਹੋਣ ਜਾ ਰਹੇ ਨੇ ਸਰਕਾਰ ਦੁਆਰਾ। ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣੋ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਜ਼ਰੂਰਤ ਦੀ ਹੈ ਉਸ ਵੱਲ ਸਹੀ ਸਮੇਂ 'ਤੇ ਸਹੀ ਧਿਆਨ ਦਿਓ ਅਤੇ ਆਪਣੇ ਕੰਮ ਨੂੰ ਸਹੀ ਸਮੇਂ 'ਤੇ ਨਿਪਟਾਓ। ਨਵੀਂ ਦਿੱਲੀ ਫਾਸਟੈਗ 'ਤੇ ਲੋਕਾਂ ਨੂੰ ਵੱਡੀ ਰਾਹਤ, ਹੁਣ 15 ਦਸੰਬਰ ਤੱਕ ਨਹੀਂ ਦੇਣਾ ਪੈਣਾ ਡਬਲ ਟੋਲ ਟੈਕਸ। ਫਾਸਟੈਗ ਸਾਰੀਆਂ ਗੱਡੀਆਂ 'ਤੇ ਲੱਗਣਾ ਜ਼ਰੂਰੀ ਕਰ ਦਿੱਤਾ ਗਿਆ, ਪਰ ਪਹਿਲਾਂ ਇਸ ਦੀ ਆਖਰੀ ਤਰੀਕ 30 ਨਵੰਬਰ ਦਿੱਤੀ ਗਈ ਸੀ, ਜਿਹੜੀ ਹੁਣ ਵਧਾ ਕੇ 15 ਦਸੰਬਰ ਕਰ ਦਿੱਤੀ ਗਈ ਹੈ। ਫਾਸਟੈਗ ਇੱਕ ਛੋਟੀ ਜਿਹੀ ਮਾਈਕਰੋ ਚਿੱਪ ਹੋਵੇਗੀ ATM ਕਾਰਡ ਵਾਂਗ, ਉਸ ਤੋਂ ਵੀ ਘੱਟ ਸਾਈਜ਼ ਦੀ, ਜਿਹੜੀ ਕਿ ਗੱਡੀ ਦੇ ਡਰਾਈਵਰ ਸਾਈਡ ਵਾਲੀ ਜਗ੍ਹਾ ਦੇ ਉੱਪਰ ਸ਼ੀਸ਼ੇ ਦੇ ਉੱਪਰ ਫਿੱਟ ਹੋਵੇਗੀ। ਜਿਵੇਂ ਹੀ ਗੱਡੀ ਟੋਲ ਪਲਾਜ਼ਾ 'ਤੇ ਐਂਟਰ ਕਰੇਗੀ ਤਾਂ ਉੱਥੇ ਬਿਨਾਂ ਰੁਕੇ ਗੱਡੀ ਸਿੱਧੀ ਲੰਘ ਜਾਵੇਗੀ ਅਤੇ ਜਿਹੜਾ ਸਿਸਟਮ ਉੱਥੇ ਲੱਗਿਆ ਹੋਵੇਗਾ ਉਹ ਸ਼ੀਸ਼ੇ ਦੇ ਉੱਪਰ ਲੱਗੇ ਹੋਏ ਫਾਸਟੈਗ ਨਾਲ ਅਟੈਚ ਹੋ ਕੇ ਉਸ ਤੋਂ ਬਾਅਦ 'ਚ ਆਪਣੇ ਆਪ ਫਾਸਟੈਗ ਦੇ ਵਿੱਚ ਜਿਹੜੀ ਜਮ੍ਹਾਂ ਰਾਸ਼ੀ ਹੋਵੇਗੀ ਉਸ ਨੂੰ ਕੱਟ ਲਵੇਗਾ। ਅਤੇ ਇਸ ਦੇ ਜਿਹੜਾ ਵੱਡਾ ਫਾਇਦਾ ਇਹ ਹੋਵੇਗਾ, ਜਿੱਥੇ ਭੀੜ ਭੜੱਕੇ ਤੋਂ ਬਚਿਆ ਜਾਵੇਗਾ ਉੱਥੇ ਹੀ ਗੱਡੀ ਦੇ ਵਾਰ ਵਾਰ ਰੁਕਣ 'ਤੇ ਜਿਹੜਾ ਡੀਜ਼ਲ ਜਾਂ ਪੈਟਰੋਲ ਦੀ ਜਿਹੜੀ ਖਪਤ ਹੈ ਉਹ ਵੀ ਗਾਹਕਾਂ ਦੀ ਘਟੇਗੀ। ਅਤੇ ਇੱਕ ਵਾਰੀ ਜਿਹੜਾ ਰੀਚਾਰਜ ਹੈ ਪਹਿਲੀ ਵਾਰ ਉਹ 500 ਰੁਪਏ ਦਾ ਹੋ ਸਕਦਾ ਅਤੇ ਜਦੋਂ ਉਹ ਖਤਮ ਹੋਵੇ ਉਸ ਤੋਂ ਬਾਅਦ 'ਚ ਕਿਤੋਂ ਵੀ ਲੋਕ ਉਸ ਨੂੰ ਔਨਲਾਈਨ ਜਾਂ ਆਪਣੇ ਬੈਂਕ ਤੋਂ ਸਿੱਧਾ ਭਰਵਾ ਸਕਣਗੇ, ਰੀਚਾਰਜ ਕਰਵਾ ਸਕਣਗੇ। ਸੋ ਇਹ ਡੇਟ ਜਿਹੜੀ ਵਧਾ ਦਿੱਤੀ ਗਈ ਹੈ, ਹੁਣ ਬਿਨਾਂ ਜੁਰਮਾਨੇ ਤੋਂ ਲੋਕ 15 ਦਸੰਬਰ ਤੱਕ ਫਾਸਟੈਗ ਵਾਸਤੇ ਅਪਲਾਈ ਕਰ ਸਕਦੇ ਨੇ, ਫਾਸਟੈਗ ਲੈ ਸਕਦੇ ਨੇ ਜਿਹੜਾ ਕਿ ਸਰਕਾਰ ਵੱਲੋਂ ਮੁਫਤ ਦਿੱਤਾ ਜਾ ਰਿਹਾ। ਅਤੇ ਇਸੇ ਤਰ੍ਹਾਂ ਹੀ ਇਹ ਬੈਂਕਾਂ ਦੇ ਵਿੱਚ ਵੀ ਸਹੂਲਤ ਦਿੱਤੀ ਜਾ ਰਹੀ ਹੈ, ICICI ਬੈਂਕ ਜਿਹੜਾ ਇਹ ਸੁਵਿਧਾ ਦੇ ਰਿਹਾ। ਅਤੇ ਇਸ ਤੋਂ ਬਾਅਦ 'ਚ ਜਿਹੜੀ ਅਗਲੀ ਆਪਾਂ ਤੁਹਾਡੇ ਧਿਆਨ ਦੁਆਰੇ ਜਿਹੜੀਆਂ 4 ਬਦਲਾਅ ਹੋ ਰਹੇ ਨੇ ਦਸੰਬਰ ਤੋਂ, ਕਈ ਅਜਿਹੇ ਬਦਲਾਅ ਹੋਣ ਵਾਲੇ ਨੇ ਜਿਹੜੇ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾ ਸਕਦੇ ਨੇ। ਅਸਲ ਦੇ ਵਿੱਚ ਦਸੰਬਰ ਵਿੱਚ ਕਈ ਫਾਈਨੈਂਸ਼ੀਅਲ ਚੇਂਜ ਹੋਣ ਵਾਲੇ ਨੇ ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ, ਜਿਹਦੇ ਵਿੱਚ PM ਕਿਸਾਨ ਸਨਮਾਨ ਨਿਧੀ ਸਕੀਮ, ਮੋਬਾਈਲ ਦੇ ਟੈਰਫ ਪਲਾਨ ਅਤੇ LIC ਨਾਲ ਜੁੜੀਆਂ ਕਈ ਚੀਜ਼ਾਂ ਸ਼ਾਮਲ ਨੇ। ਮੋਦੀ ਸਰਕਾਰ ਨੇ PM ਕਿਸਾਨ ਸਨਮਾਨ ਨਿਧੀ ਸਕੀਮ ਦੀ ਜਿਹੜੀ ਕਿਸ਼ਤ ਪਾਉਣ ਲਈ ਆਧਾਰ ਕਾਰਡ ਦਾ ਨੰਬਰ ਨੂੰ ਲਿੰਕ ਕਰਵਾਉਣ ਦੀ ਅਖੀਰ ਤਰੀਕ ਜਿਹੜੀ ਹੈ ਉਹ 30 ਨਵੰਬਰ ਤੈਅ ਕੀਤੀ ਹੈ। ਜੇ ਕਿਸੇ ਨੇ ਇਸ ਨੂੰ ਲਿੰਕ ਕਰਵਾਉਣ ਵਿੱਚ ਦੇਰੀ ਕੀਤੀ ਤਾਂ ਉਸਦੇ ਖਾਤੇ ਵਿੱਚ 6,000 ਰੁਪਇਆ ਨਹੀਂ ਆਉਣਗੇ। ਇਹ ਵੀ ਖਬਰਾਂ ਨੇ ਕਿ ਕਈ ਜਗ੍ਹਾ 'ਤੇ ਪਹਿਲਾਂ ਜਿਹੜੇ ਕਾਫੀ ਜਗ੍ਹਾ 'ਤੇ ਘਪਲੇਬਾਜ਼ੀ ਵੀ ਹੋਣ ਦਾ ਪੂਰਾ ਸ਼ੱਕ ਹੈ, ਜਿੱਥੇ ਕਿਸਾਨਾਂ ਦੇ ਆਧਾਰ ਕਾਰਡ ਤਾਂ ਲੈ ਲਏ ਗਏ ਪਰ ਖਾਤਾ ਨੰਬਰ ਕਿਸੇ ਹੋਰ ਦਾ ਦੇ ਦਿੱਤਾ ਗਿਆ ਜਿਹਦੇ ਵਿੱਚ ਉਹ ਰਾਸ਼ੀ ਜਾ ਰਹੀ ਹੈ, ਕਈ ਕਿਸਾਨਾਂ ਨੂੰ ਪਤਾ ਵੀ ਨਹੀਂ। ਸੋ ਜਿਹੜੇ ਕਿਸਾਨ ਪੂਰੀ ਤਰ੍ਹਾਂ ਇਸ ਜਿਹੜੀ ਸਹੂਲਤੋਂ ਤੋਂ ਸੁਵਿਧਾ ਤੋਂ ਰਹਿੰਦੇ ਨੇ 6,000 ਵਾਲੀ ਸਕੀਮ ਤੋਂ, ਉਹ ਆਪਣੇ ਨੇੜੇ ਦੇ ਜ਼ਰੂਰ ਤਹਿਸੀਲ ਦੇ ਵਿੱਚ ਪਤਾ ਕਰਨ। ਜੰਮੂ ਕਸ਼ਮੀਰ, ਲੱਦਾਖ, ਅਸਾਮ ਅਤੇ ਮੇਘਾਲਿਆ ਦੇ ਕਿਸਾਨਾਂ ਨੂੰ ਜਿਹੜੀ ਇਹ ਸਕੀਮ ਹੈ ਉਹ 31 ਮਾਰਚ 2020 ਤੱਕ ਮੌਕਾ ਦਿੱਤਾ ਗਿਆ। ਇਹਦੇ ਨਾਲ ਹੀ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਦਾ ਵੀ ਹੁਣ ਖਰਚਾ ਵੱਧ ਸਕਦਾ ਹੈ, ਕਾਲ ਕਰਨ ਦੇ ਨਾਲ ਨਾਲ ਇੰਟਰਨੈਟ ਦਾ ਇਸਤੇਮਾਲ ਕਰਨਾ ਵੀ ਮਹਿੰਗਾ ਹੋਵੇਗਾ। ਟੈਲੀਕੋਮ ਕੰਪਨੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਨੇ ਦਸੰਬਰ ਵਿੱਚ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਕਈ ਨਿਯਮਾਂ ਵਿੱਚ ਬਦਲਾਅ ਹੋਣ ਵਾਲਾ ਹੈ। ਇਹਦੇ ਲਈ ਜੇ ਤੁਸੀਂ ਨਵੀਂ ਬੀਮਾ ਪਾਲਿਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਥੋੜ੍ਹਾ ਜਿਹਾ ਇੰਤਜ਼ਾਰ ਵੀ ਕਰ ਸਕਦੇ ਹੋ, ਕਿਉਂਕਿ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ IRDA ਦੁਆਰਾ 1 ਦਸੰਬਰ ਤੋਂ ਲਾਈਫ ਇੰਸ਼ੋਰੈਂਸ ਸੈਕਟਰ ਲਈ ਨਵਾਂ ਨਿਯਮ ਲਾਗੂ ਕਰ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਨਵੇਂ ਨਿਯਮ ਦੇ ਤਹਿਤ ਪ੍ਰੀਮੀਅਮ ਥੋੜ੍ਹਾ ਜਿਹਾ ਮਹਿੰਗਾ ਹੋ ਸਕਦਾ, ਕਿਸ਼ਤ ਵਧੇਰੇ ਦੇਣੀ ਪੈ ਸਕਦੀ ਹੈ ਅਤੇ ਗਰੰਟਡ ਰਿਟਰਨ ਜਿਹੜੀ ਉਹ ਥੋੜ੍ਹੀ ਘੱਟ ਹੋ ਸਕਦੀ ਹੈ। ਇਸ ਦੇ ਨਾਲ ਹੀ ਜਿਹੜੇ ਲਾਈਫ ਇੰਸ਼ੋਰੈਂਸ ਦੇ ਇੱਕ ਆਫਿਸਰ ਦਾ ਕਹਿਣਾ ਹੈ ਕਿ ਜੇ ਪ੍ਰੀਮੀਅਮ ਮਹਿੰਗਾ ਹੋਵੇਗਾ ਤਾਂ ਗਾਹਕਾਂ ਨੂੰ ਇਸ ਦੇ ਨਾਲ ਜ਼ਿਆਦਾ ਫੀਚਰਾਂ ਦਾ ਲਾਭ ਵੀ ਮਿਲੇਗਾ। ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਜਾਣੀ LIC 1 ਦਸੰਬਰ 2019 ਤੋਂ ਕੰਪਨੀ ਆਪਣੇ ਪਲਾਨ ਅਤੇ ਪ੍ਰਪੋਜ਼ਲ ਫਾਰਮ ਵਿੱਚ ਵੱਡੇ ਬਦਲਾਅ ਕਰਨ ਜਾ ਰਹੀ ਹੈ। ਇੰਸ਼ੋਰੈਂਸ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਨਵੀਂ ਗਾਈਡਲਾਈਨਸ ਦੇ ਲਾਗੂ ਹੋਣ ਤੋਂ ਬਾਅਦ LIC ਦੇ ਨਵੇਂ ਪ੍ਰਪੋਜ਼ਲ ਫਾਰਮ ਹੁਣ ਪਹਿਲਾਂ ਤੋਂ ਜ਼ਿਆਦਾ ਲੰਬੇ ਅਤੇ ਕੰਪ੍ਰੀਹੈਂਸਿਵ ਕਰ ਦਿੱਤੇ ਨੇ। ਸੋ ਦੋਸਤੋ, ਇਹ ਸਨ ਕੁਛ ਮੁੱਖ ਗੱਲਾਂ ਬਾਤਾਂ, ਮੁੱਖ ਜਾਣਕਾਰੀਆਂ ਜਿਹੜੀਆਂ ਆਪ ਜੀ ਤੱਕ ਪਹੁੰਚਾਉਣੀਆਂ ਜ਼ਰੂਰੀ ਸਮਝਿਆ। ਜੇ ਆਪ ਜੀ ਨੂੰ ਜਾਣਕਾਰੀ ਵਧੀਆ ਲੱਗੀ ਕਿਰਪਾ ਕਰਕੇ ਇਸ ਨੂੰ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰੋ ਅਤੇ ਉਹ ਕਿਸੇ ਕਿਸਮ ਦੇ ਨੁਕਸਾਨ ਤੋਂ ਬਚ ਸਕਣ। ਦਿਓ ਜਾਇਜ਼ ਤੋਂ ਬਹੁਤ ਬਹੁਤ ਧੰਨਵਾਦ।